ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਿਹੜਾ ਇਹ ਮਿਲਕ ਕੇਕ ਹੈਗਾ ਜੋਧਪੁਰ ਤੋਂ ਆਇਆ ਹੈਗਾ ਜੋ ਕਿ ਇਹਨਾਂ ਮਾਲਕ ਵੱਲੋਂ ਦੱਸਿਆ ਗਿਆ ਹੈ ਕਿ ਇਹਨੇ 150 ਰੁਪਏ ਪਰਚੇਸ ਕੀਤਾ ਹੈਗਾ ਜਿਹੜਾ ਬਾਜ਼ਾਰ ਦੇ ਵਿੱਚ 300 ਰੁਪਏ ਕਿਲੋ ਵਿਕਦਾ ਹੈ ਉਹ ਸਾਰੇ ਉਹਦੇ ਸੈਂਪਲ ਲਿੱਤੇ ਗਏ ਹਨ ਤੇ ਜਿਹੜਾ ਸਾਰਾ ਸਟਾਕ ਸੀਗਾ ਉਹਨੂੰ ਸੀਲ ਕੀਤਾ ਗਿਆ ਹੈਗਾ ਜਿਹੜੀ ਰਿਪੋਰਟ ਆਪਾਂ 24 ਘੰਟੇ ਚ ਲੈਬ ਤੋਂ ਮੰਗਾ ਕੇ ਜਿਹੜੀ ਅਗਲੀ ਬੰਦੀ ਕਾਰਵਾਈ ਕੀਤੀ ਜਾਵੇਗੀ मैनू परसनल तौर दे उत्ते एक गुप्त सूचना मिली सी कि कुछ समान जिहड़ा मिल्क केक है और मिठाई का समान है ये जोधपुर अबोहर तो इस थान दे उत्ते पहुंचिया सर अज तुहाडे वल्लों जिहड़ी है रेड की गई है सिहत विभाग वल्लों छापेमारी की गई है की गल प्राप्त होई अज असीं श्री लक्ष्मीपति साहिब भंडार बेदी नगर गली नंबर 2 मोगा विखे जिहड़ी हैगी है सानूं गुप्त सूचना मिली सी कि जिहड़ा इह मिल्क केक हैगा जोधपुर तो आया हैगा जो कि इहनां मालक वल्लों दस्सिया गया है कि इहने 150 रुपये परचेज किया हैगा जिहड़ा बाज़ार दे विच 300 रुपये किलो विकदा है तो उस बेस से जिहड़ा शक्की दे आधार पर जिहड़ा हैगा कि यह मिल केक जो सारा इन्हां वल्लों खरीदिया गया हैगा वह सारा उहदे सैंपल लिते गए हैं तो जिहड़ा सारा स्टॉक सीगा उहनूं सील किया गया हैगा जिहड़ी रिपोर्ट आपां 24 घंटे च लैब तो मंगा के जिहड़ी अगली बंदी कार्रवाई की जाएगी कितनी रिकवरी हो चुकी है जी हुण तक हुण इन्हां कोले टोटल जिहड़ा हैगा 12 क्विंटल के करीब जिहड़ा इह मिल केक मिलिया हैगा 2 क्विंटल है जिहड़ी अपने कोले जिहड़ी खोआ बर्फी है जिहड़ी इन्हां वल्लों बनाई गई उन्नत समय समय सिर चैकिंग की जा रही हैगी है जो पिछले समय के जिहड़ा सीगा कोल जिहड़ी आ हुण मिल केक आया हैगा तो यदि रिपोर्ट जी 24 घंटे के अंदर ता ही तो जब्त करके चले है आप कि यह जो बेच ना सकन मिठाई को सर फैक्ट्री के रेड की गई है जी सफाई में लेकर नॉर्म्स नेल कटे जिहड़ा मेन जिहड़ा सफाई का हुंदा हैगा इन्हां नूं जिहड़ा हदायत दी गई हैं मैक्सीम जो इन्हें सफाई है जी ठीक है जो कोर्नर के जो है जो ध्यान देना इन्हों रिगार्डिंग जी हदायत जारी की गई हैं अगली की कार्रवाई की जाएगी ਇਹ ਜਿਹੜੇ ਸੈਂਪਲ ਅੱਜ ਦੀ ਡੇਟ 'ਚ ਹੀ ਲੈਬ 'ਚ ਚਲੇ ਜਾਣਗੇ ਇਹਨਾਂ ਦੀ ਉਮੀਦ ਹੈ ਕੱਲ੍ਹ ਤੱਕ ਰਿਪੋਰਟ ਆ ਜਾਏਗੀ ਤਾਂ ਜਿਸ ਹਿਸਾਬ ਨਾਲ ਜਿਹੜਾ ਬੰਦੀ ਕਾਰਵਾਈ ਕੀਤੀ ਗਈ ਲੈਬ ਰਿਪੋਰਟ ਅਨੁਸਾਰ ਹੈ ਫੈਕਟਰੀ ਦੇ ਅੰਦਰ ਅੰਦਰਲੇ ਹਿੱਸੇ ਦੇ ਵਿੱਚ ਕੈਮਰਾ ਲੈ ਕੇ ਵੀ ਮੀਡੀਆ ਨੂੰ ਅਲਾਊਡ ਨਹੀਂ ਕੀਤਾ ਜਾਂਦਾ ਉਹ ਮੀਡੀਆ ਤੇ ਆਪ ਜੀ ਦਾ ਹੈ ਸਾਡੇ ਡਿਪਾਰਟਮੈਂਟ ਵੱਲੋਂ ਜਿਹੜੇ ਸਾਰੇ ਸ਼ੂਟ ਕੀਤੇ ਗਏ ਆਪ ਜੀ ਨਾਲ ਸ਼ੇਅਰ ਕਰ ਦਿੱਤੇ ਜਾਣਗੇ ਪੰਜਾਬ ਸਰਕਾਰ ਤੇ ਸਾਡੇ ਮਾਣਯੋਗ ਸਿਹਤ ਮੰਤਰੀ ਜੀ ਦੇ ਹਦਾਇਤਾਂ ਅਨੁਸਾਰ ਜਿਹੜੀ ਅੱਜ ਕੱਲ੍ਹ ਸਪੈਸ਼ਲ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ ਮੈਨੂੰ ਪਰਸਨਲ ਤੌਰ ਦੇ ਉੱਤੇ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਸਮਾਨ ਜਿਹੜਾ ਮਿਲਕ ਕੇਕ ਹੈ ਔਰ ਮਿਠਾਈ ਦਾ ਸਮਾਨ ਹੈ ਇਹ ਜੋਧਪੁਰ ਅਬੋਹਰ ਤੋਂ ਇਸ ਥਾਂ ਦੇ ਉੱਤੇ ਪਹੁੰਚਿਆ ਮੈਂ ਨਿੱਜੀ ਤੌਰ ਦੇ ਉੱਤੇ ਸਵੇਰੇ ਅਰਲੀ ਮਾਰਨਿੰਗ ਜਦੋਂ ਮੈਨੂੰ ਪਤਾ ਲੱਗਿਆ ਮੈਂ ਨਾਲ ਹੀ ਇੱਥੇ ਪਹੁੰਚ ਗਿਆ ਪਹੁੰਚਣ ਤੋਂ ਬਾਅਦ ਮੈਂ ਜਿਹੜੀ ਫੂਡ ਦੀ ਟੀਮ ਹੈ ਸਾਡੀ ਜਿਹੜੀ ਹਰ ਵੇਲੇ ਤਿਆਰ ਰਹਿੰਦੀ ਹੈ ਉਹਨੂੰ ਨਾਲ ਹੀ ਮੌਕੇ 'ਤੇ ਸੱਦਿਆ ਅਤੇ ਸਾਰੇ ਜਿਹੜਾ ਇਹ ਸ਼੍ਰੀ ਲਕਸ਼ਮੀ ਭੰਡਾਰ ਹੈ ਜੀ ਜਿੱਥੇ ਪਿਸਤਾ ਵਗੈਰਾ ਬਣਦਾ ਉਹਦੀ ਚੈਕਿੰਗ ਕੀਤੀ ਗਈ ਚੈਕਿੰਗ ਦੌਰਾਨ ਜੋਧਪੁਰ ਤੋਂ ਬਣੀ ਹੋਈ 540 ਕਿਲੋ ਜਿਹੜੀ ਮਿਲਕ ਕੇਕ ਮਿਲਿਆ ਔਰ ਅਬੋਹਰ ਤੋਂ ਬਣਿਆ ਹੋਇਆ 852 ਕਿਲੋ ਮਿਲਕ ਕੇਕ ਮਿਲਿਆ ਟੋਟਲ ਸਾਨੂੰ 1392 ਕਿਲੋ ਮਿਲਕ ਕੇਕ ਮਿਲਿਆ ਜਿਹੜਾ ਥੋੜ੍ਹਾ ਸ਼ੱਕੀ ਜਾਪਦਾ ਕਿਉਂਕਿ ਇਹਨਾਂ ਦੇ ਕਹਿਣ ਦੇ ਮੁਤਾਬਿਕ 130 ਰੁਪਏ ਔਰ 150 ਰੁਪਏ ਦੇ ਰੇਟ ਦੇ ਹਿਸਾਬ ਨਾਲ ਇਹਨਾਂ ਨੇ ਖਰੀਦਿਆ ਔਰ ਖੋਇਆ ਬਰਫੀ ਜਿਹੜੀ 255 ਕਿਲੋ ਪਈ ਹੋਈ ਸੀ ਜਿਹੜੀ ਥੋੜ੍ਹੀ ਸ਼ੱਕੀ ਜਾਪੀ ਹੈ ਸਾਡੇ ਫੂਡ ਇੰਸਪੈਕਟਰ ਨੇ ਆ ਕੇ ਇੱਥੇ ਸੈਂਪਲ ਜਿਹੜੇ ਨੇ ਉਹ ਲੈ ਲਏ ਆ ਔਰ 4 ਸੈਂਪਲ ਜਿਹੜੇ ਆ ਅੱਜ ਹੀ ਭੇਜ ਦਿੱਤੇ ਜਾਣਗੇ ਰਿਪੋਰਟ ਆਉਣ ਦੇ ਬਾਕੀ ਕਾਰਵਾਈ ਜਿਹੜੀ ਉਹ ਕੀਤੀ ਜਾਏਗੀ ਤਾਂ ਜਿਹੜਾ ਸਮਾਨ ਹੈ ਉਹ ਸਾਰੇ ਦਾ ਸਾਰਾ ਜਿਹੜਾ ਸੀਜ਼ ਕਰਤਾ ਗਿਆ ਸਰ ਦਿਵਾਲੀ ਤਿਹਾਰ ਤੋਂ ਪਹਿਲਾਂ ਹੀ ਮਹੀਨਾ ਡੇਢ ਮਹੀਨਾ ਮਿਠਾਈ ਬਣ ਕੇ ਤਿਆਰ ਸਟੋਰ ਹੋ ਜਾਂਦੀਆਂ ਉਦੋਂ ਪਹਿਲਾਂ ਚੈਕਿੰਗ ਕਿਉਂ ਨਹੀਂ ਕੀਤੀ ਹੋਣੀ ਕਿਉਂ ਕੀਤੀ ਤੇ ਨਹੀਂ ਜੀ ਜੋ ਹਦਾਇਤਾਂ ਮਿਲਦੀਆਂ ਸਾਡੀ ਰੈਗੂਲਰ ਚੈਕਿੰਗ ਚੱਲ ਰਹੀ ਹੈ ਔਰ ਡੇਲੀ ਜਿਹੜੇ ਹੈ ਸੈਂਪਲਿੰਗ ਕੀਤੀ ਜਾ ਰਹੀ ਹੈ ਸਰ ਜਦੋਂ ਟੈਸਟਿੰਗ ਆਊਗੀ ਉਦੋਂ ਬਾਅਦ ਮਿਠਾਈ ਨਹੀਂ ਜੀ ਇਹ ਕੱਲ ਤੱਕ ਆ ਜਾਏਗੀ ਸੈਂਪਲਿੰਗ ਦੀ ਰਿਪੋਰਟ ਔਰ ਨਾਲ ਹੀ ਕਾਰਵਾਈ ਕਰਤੀ ਜਾਏਗੀ ਸਫਾਈ ਵੱਲੋਂ ਕਿਦਾਂ ਦੇ ਇੰਤਜ਼ਾਮ ਕੀਤੇ ਗਏ ਹਾਈਜੀਨਿਕ ਸਫਾਈ ਵੱਲੋਂ ਇੰਤਜ਼ਾਮ ਜਿਹੜੇ ਹੈ ਉਹ ਥੋੜੇ ਤਸੱਲੀ ਬਖਸ਼ੀ ਦੇਖੇ ਹੈ ਕੋਈ ਐਸੀ ਸਮੈਲ ਨਹੀਂ ਆ ਰਹੀ ਔਰ ਇਹਨਾਂ ਵੱਲੋਂ ਸਫਾਈ ਦਾ ਧਿਆਨ ਵੀ ਰੱਖਿਆ ਜਾ ਰਿਹਾ ਪਰ ਮਾਈਨਰ ਚੀਜ਼ਾਂ ਜਿਹੜੀਆਂ ਦੇਖੀਆਂ ਗਈਆਂ ਜਿਹਦੇ ਵਿੱਚ ਜਿਹੜੀ ਪਰਸਨਲ ਹਾਈਜੀਨ ਹੈ ਜਿਹੜੇ ਬਣਾ ਰਹੇ ਹੈ ਉਹ ਇੰਨੀ ਪ੍ਰੋਪਰ ਨਹੀਂ ਸੀ ਇਹਨਾਂ ਨੂੰ ਸਮਝਾਇਆ ਗਿਆ ਕਿ ਗਲਵਜ਼ ਹਰ ਬੰਦੇ ਦੇ ਪਾਏ ਹੋਣੇ ਚਾਹੀਦੇ ਹੈ ਔਰ ਪ੍ਰੋਪਰ ਢੰਗ ਨਾਲ ਉਹ ਉਹਦੇ ਸਾਫ਼ ਸੁਥਰੇ ਕੱਪੜੇ ਹੋਣੇ ਚਾਹੀਦੇ ਆ ਫਰਸ਼ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਸਮਾਨ ਜਿਹੜਾ ਇਸ ਤਰ੍ਹਾਂ ਦਾ ਡੁੱਲਿਆ ਜਾਂ ਖਿਲ ਰਿਹਾ ਜਾਂ ਕੂੜਾ ਨਹੀਂ ਹੋਣਾ ਚਾਹੀਦਾ ਰਾਜਪੁਰੇ ਤੋਂ ਮੈਂ ਪ੍ਰੋਪਰ ਜੋਧਪੁਰ ਸੇ ਹੂੰ ਔਰ ਮੇਰਾ ਇਹ ਪਤੀ ਸੇ ਕਾ ਕਾਮ ਹੈ 17-18 ਸਾਲ ਸੇ ਮੋਗੇ ਮੈਂ ਮੇਰੇ ਛੋਟੇ ਭਾਈ ਨੇ ਲਗਾਇਆ ਥਾ ਔਰ ਛੋਟੇ ਭਾਈ ਕੀ ਕੋਰੋਨਾ ਕੇ ਬਾਅਦ ਅਟੈਕ ਸੇ ਡੈਥ ਹੋ ਗਈ ਥੀ ਉਸਕੇ ਬਾਅਦ 2-3 ਸਾਲ ਇਹ ਕਾਮ ਮੇਰੇ ਕੋ ਸੰਭਾਲਣਾ ਪੜ ਰਹਾ ਹੈ ਔਰ ਪਹਿਲੇ ਮੈਂ ਕਾਮ ਸਾਥ ਮੈਂ ਸੰਭਾਲਦਾ ਥਾ ਨੌਲੇਜ ਹੈ ਮੇਰੇ ਕੋ ਪਤੀ ਸੇ ਕਾ ਔਰ ਮੇਰੇ ਪਾਸ ਪਤੀ ਸੇ ਮੈਂ 10-12 ਲੜਕੇ ਕਾਮ ਕਰਦੇ ਹੈ ਤੋ ਪਤੀ ਸਾਹਿਬ 100% ਮੇਰੇ ਕੋ ਲੱਗਦਾ ਹੈ ਕਿ ਮੇਰੇ ਜੈਸਾ ਪਤੀ ਸਾਹਿਬ ਬਣਾਤੇ ਹੋਣਗੇ ਔਰ ਮੈਂ ਬੜਿਆ ਬਣਾ ਰਹਾ ਹੂੰ ਪਲੱਸ ਮੇਰੀ ਮਿਠਾਈ ਕੀ ਫੈਕਟਰੀ ਹੋਤੇ ਹੋਏ ਆਪ ਮੁਹੱਲੇ ਵਾਸੀ ਸੇ ਪੁੱਛ ਸਕਤੇ ਹੋ ਮੇਰੇ ਨਜ਼ਦੀਕ ਪੱਤਰਕਾਰ ਭਾਈ ਸੇ ਬਾਤ ਕਰ ਸਕਤੇ ਹੋ ਮੈਂ ਪੂਰੀ ਮੇਰੀ ਸਫਾਈ ਰੱਖਦਾ ਹੂੰ ਔਰ ਅਧਿਕਾਰੀ ਕਹੇਂਗੇ ਵੈਸੇ ਮੈਂ ਕਾਮ ਕਰੂੰਗਾ ਅਧਿਕਾਰੀ ਕੇ ਖਿਲਾਫ਼ ਮੈਂ ਐਸਾ ਨਹੀਂ ਬੋਲੂੰਗਾ ਐਸੇ ਕਰੂੰ ਐਸੇ ਕਰੂੰ ਨਹੀਂ ਕਰੂੰਗਾ ਕਰੇਂਗੇ ਸਰ ਇਹਨਾਂ ਕਾ ਗਵਰਨਮੈਂਟ ਕਾ
रूल्स है, नियम है, करेंगे, ये वापस बताएंगे, वैसे काम करूँगा मैं। साहब को मैंने आज सवेरे से लेके पूछ लो, मैंने कोई वर्ड नहीं बोला। मैंने साहब आप अपनी कार्रवाई करो, जो चीज़ गलत है उसको अपन बाहर फेंकेंगे, सही है तो बाजार में सेल करेंगे। हम हमारी सोच से सही बना रहे हैं। बाकी लोग कहते हैं कि मज़ का दूध निकालो, सैंपल पास नहीं होता है, ये सुना हुआ है। बाकी हमारा तो हर साल सैंपलिंग होता है, हर त्यौहार पर हमारी स्पेसिंग होती है। अधिकारी आते हैं, मेरी फैक्ट्री चेक करते हैं, हम हमारे बाहर बैठ जाते हैं, पूछ लेते हैं भाई साहब पानी पियोगे, बोले नहीं पियेंगे, मेहरबानी साहब नहीं कि हमारा कैसा लगा। पा लास्ट में पूछते साहब मेरी सफाई, कहते भंवर सिंह ठीक है और ज़्यादा कर, और सफाई बढ़िया रख, और माल बढ़िया बना, ये हमारे को हिदायत देते हैं, ये उस हिसाब से चलता हूँ मैं। और जो अधिकारी साहब मेरे साहब बताएंगे वो काम मैं लाइन से करूँगा।